ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨੂੰ ਮੁਹੱਬਤ ਕਰਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ੍ਰੀ ਅਕਾਲ ਆ ਜੀ। ਬਹੁਤ ਸਾਰੀਆਂ ਖਬਰਾਂ ਨੇ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਕਿ ਲੰਘੇ ਕੱਲ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ। ਗਿਆਨੀ ਰਘਬੀਰ ਸਿੰਘ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਕਈ ਹੋਰ ਮਹੱਤਵਪੂਰਨ ਫੈਸਲਿਆਂ ਦੇ ਨਾਲ ਨਾਲ ਨਿਸ਼ਾਨ ਸਾਹਿਬ ਦੀ ਪੁਸ਼ਾਕ ਕਿਹੋ ਜਿਹੀ ਹੋਵੇ, ਨਿਸ਼ਾਨ ਸਾਹਿਬ ਤੇ ਕੱਪੜਾ ਕਿਹੋ ਜਿਹਾ ਚੜਾਇਆ ਜਾਵੇ ਇਹਦੇ ਬਾਰੇ ਵੀ ਮਹੱਤਵਪੂਰਨ ਫੈਸਲਾ ਕੀਤਾ ਗਿਆ। ਕਿਉਂਕਿ ਹੁਣ ਤੱਕ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਹੁਣ ਤੱਕ ਦੇਖਿਆ ਕਿ ਭਗਵੇਂ ਰੰਗ ਦਾ ਕੱਪੜਾ ਵੀ ਨਿਸ਼ਾਨ ਸਾਹਿਬ ਦੀ ਪੁਸ਼ਾਕ ਦੇ ਤੌਰ ਦੇ ਉੱਤੇ ਚੜਾਇਆ ਜਾਂਦਾ ਸੀ, ਪਰ ਲੰਘੇ ਕੱਲ ਜਥੇਦਾਰ ਸਾਹਿਬਾਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੁਰਮਈ ਜਾਂ ਫਿਰ ਬਸੰਤੀ ਦੋਵਾਂ ਦੇ ਵਿੱਚੋਂ ਇੱਕ ਰੰਗ, ਜਾਣੀ ਕਿ ਜਾਂ ਤਾਂ ਪੀਲਾ ਹੋਵੇ ਤੇ ਜਾਂ ਫਿਰ ਸੁਰਮਈ ਹੋਵੇ, ਤੇ ਇਹਨਾਂ ਦੋਹਾਂ ਰੰਗਾਂ ਦੇ ਵਿੱਚੋਂ ਇੱਕ ਰੰਗ ਆ ਜਿਹੜਾ ਉਹ ਜਾਂ ਦੋਵੇਂ ਰੰਗ ਆ ਜਿਹੜੇ ਉਹ ਨਿਸ਼ਾਨ ਸਾਹਿਬ ਦੇ ਉੱਤੇ ਚੜਾਏ ਜਾ ਸਕਦੇ ਕੱਪੜੇ ਦੇ। ਪਰ ਇਹ ਆ ਕਿ ਜੇਕਰ ਭਗਵਾਂ ਰੰਗ, ਕਿਉਂਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਿਸ਼ਾਨ ਸਾਹਿਬ ਦਾ ਭਗਵਾਂ ਰੰਗ ਹੁੰਦਾ ਸੀ, ਜਿਹਦੇ ਕਰਕੇ ਸਮੇਂ ਸਮੇਂ ਦੇ ਉੱਤੇ ਕਈ ਸਵਾਲ ਵੀ ਉੱਠਦੇ ਸੀ ਕਿ ਇਹ ਤਾਂ ਫਲਾਣਿਆਂ ਦੀ ਵਿਚਾਰਧਾਰਾ ਨਾਲ ਸੰਬੰਧਿਤ ਹੈ, ਇਸ ਰੰਗ ਨੂੰ ਤਾਂ ਉਹਨਾਂ ਨੇ ਫਲਾਣਿਆਂ ਨੇ ਇੱਦਾਂ ਪ੍ਰੈਜੈਂਟ ਕਰ ਦਿੱਤਾ ਹੈ। ਸੋ ਇਸ ਕਰਕੇ ਜਥੇਦਾਰ ਸਾਹਿਬਾਨ ਦੇ ਵੱਲੋਂ ਮਹੱਤਵਪੂਰਨ ਫੈਸਲਾ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸੁਰਮਈ ਜਾਂ ਫਿਰ ਪੀਲੇ ਰੰਗ ਨੂੰ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਨਿਸ਼ਾਨ ਸਾਹਿਬ ਵਾਸਤੇ ਵਰਤਿਆ ਜਾਣਾ ਚਾਹੀਦਾ, ਨਾ ਕਿ ਭਗਵੇਂ ਰੰਗ ਨੂੰ। ਇਸ ਸੰਦਰਭ ਦੇ ਵਿੱਚ ਪਤਾ ਲੱਗਾ ਜੀ ਕਿ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਤੇ ਸਮੂਹ ਗੁਰਦੁਆਰਾ ਸਾਹਿਬਾਨ ਉਹ ਦੁਨੀਆਂ ਦੇ ਭਾਵੇਂ ਕਿਸੇ ਵੀ ਹਿੱਸੇ ਦੇ ਵਿੱਚ ਕਿਉਂ ਨਾ ਹੋਣ, ਸਮੂਹ ਗੁਰਦੁਆਰਾ ਸਾਹਿਬਾਨ ਨੂੰ ਇਸ ਗੱਲ ਦੇ ਲਈ ਕਮੇਟੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਕਿ ਨਿਸ਼ਾਨ ਸਾਹਿਬ ਦੀ ਪੁਸ਼ਾਕ ਹੁਣ ਸੁਰਮਈ ਜਾਂ ਫਿਰ ਪੀਲੇ ਰੰਗ ਦੀ, ਯਾਨੀ ਕਿ ਬਸੰਤੀ ਰੰਗ ਦੀ ਹੋ ਸਕਦੀ ਹੈ, ਨਾ ਕਿ ਭਗਵੇਂ ਰੰਗ ਦੀ। ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਵੀ ਜਿੱਥੇ ਵੀ ਆਪਾਂ ਨੂੰ ਵੱਖ ਵੱਖ ਥਾਵਾਂ ਦੇ ਉੱਤੇ ਨਜ਼ਰ ਆਉਂਦੇ ਨਿਸ਼ਾਨ ਸਾਹਿਬ, ਉਹਨਾਂ ਦੇ ਉੱਤੇ ਸਿਰਫ਼ ਤੇ ਸਿਰਫ਼ ਪੀਲਾ ਜਾਂ ਫਿਰ ਸੁਰਮਈ ਰੰਗ ਆ ਜਿਹੜਾ ਉਹ ਨਜ਼ਰ ਆਵੇ। ਕਿਉਂਕਿ ਲੰਘੇ ਵੇਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਨੇ ਤੇ ਇਹਨਾਂ ਸਵਾਲਾਂ ਦੇ ਨਿਵਾਰਨ ਦੇ ਰੂਪ ਦੇ ਵਿੱਚ ਜਥੇਦਾਰ ਸਾਹਿਬਾਨ ਦੇ ਵੱਲੋਂ ਇਹ ਮਹੱਤਵਪੂਰਨ ਫੈਸਲਾ ਕੀਤਾ ਗਿਆ। ਇੱਥੇ ਵੀ ਦੱਸਣਾ ਬਣਦਾ ਕਿ ਲੰਘੇ ਵੇਲੇ ਦੇ ਵਿੱਚ ਕਦੇ ਕਿਸੇ ਫਿਲਮ ਦੇ ਮਾਮਲੇ ਤੇ, ਕਦੇ ਕਿਸੇ ਪਾਰਟੀ ਦੇ ਝੰਡੇ ਦੇ ਮਾਮਲੇ ਤੇ, ਕਦੇ ਭਗਵੇਂ ਕਰਨ ਦੇ ਮਾਮਲੇ ਦੇ ਉੱਤੇ ਬੜੀ ਰਾਜਨੀਤੀ ਉੱਠੀ ਤੇ ਉਸ ਰਾਜਨੀਤੀ ਦੇ ਚੱਲਦਿਆਂ ਜਿਸ ਤਰੀਕੇ ਦੇ ਨਾਲ ਵਿਚਾਰਧਾਰਾ ਸਾਹਮਣੇ ਆਈ, ਉਸ ਤੋਂ ਬਾਅਦ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਵੱਲੋਂ ਇਹ ਮਹੱਤਵਪੂਰਨ ਫੈਸਲਾ ਕੀਤਾ ਗਿਆ। ਹੁਣ ਵਕਤ ਦੱਸੇਗਾ ਕਿ ਜਾਰੀ ਕੀਤਾ ਗਿਆ ਸਰਕੂਲਰ, ਜਾਰੀ ਕੀਤਾ ਗਿਆ ਇਹ ਫੁਰਮਾਨ ਆਉਂਦੇ ਸਮੇਂ ਦੇ ਵਿੱਚ ਕਿੰਨੀ ਜਲਦੀ ਵੱਖ ਵੱਖ ਥਾਵਾਂ ਦੇ ਉੱਤੇ ਅਪਣਾਇਆ ਜਾਂਦਾ। ਪਰ ਇਹ ਵੀ ਦੱਸਣਾ ਬਣਦਾ ਕਿ ਨਿਹੰਗ ਸਿੰਘਾਂ ਦੇ ਜਿਹੜੇ ਗੁਰੂ ਘਰ ਨੇ ਤੇ ਉਹਨਾਂ ਦੇ ਵੱਲੋਂ ਜਿਹੜੇ ਨਿਸ਼ਾਨ ਸਾਹਿਬ ਨੇ ਉੱਥੇ ਆਮ ਤੌਰ ਦੇ ਉੱਤੇ ਸੁਰਮਈ ਰੰਗ ਦਾ ਨਿਸ਼ਾਨ ਸਾਹਿਬ ਹੁੰਦਾ, ਯਾਨੀ ਕਿ ਉੱਥੇ ਕੱਪੜਾ ਚੜਾਇਆ ਹੁੰਦਾ, ਤੇ ਬਾਕੀ ਗੁਰੂ ਘਰਾਂ ਦੇ ਵਿੱਚ ਆਪਾਂ ਹੁਣ ਤੱਕ ਦੇਖਿਆ ਕੇਸਰੀ ਜਾਂ ਪੀਲਾ ਇਹੋ ਜਿਹੇ ਰੰਗ ਦੇਖਣ ਨੂੰ ਨਜ਼ਰ ਆਉਂਦੇ ਆ। ਪਰ ਹੁਣ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਵੱਲੋਂ ਸੁਰਮਈ ਜਾਂ ਫਿਰ ਪੀਲਾ ਦੋਵਾਂ ਦੇ ਵਿੱਚੋਂ ਇੱਕ ਰੰਗ ਚੁਣ ਕੇ ਤੇ ਚੜਾਉਣ ਦੀ ਗੱਲ ਕਹਿ ਦਿੱਤੀ ਗਈ ਹੈ ਤੇ ਇਹ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਨੇ ਉਸ ਥਾਂ ਦੇ ਉੱਤੇ ਗੱਲ ਲਾਗੂ ਹੋਣ ਦੀ ਗੱਲ ਕਹੀ ਗਈ ਹੈ। ਉਸ ਤੋਂ ਅਗਲੀ ਗੱਲ ਇਹ ਆ ਕਿ ਲੰਘੇ ਕੱਲ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦੇ ਕਨਵੀਨਰ ਨੇ, ਉਹਨਾਂ ਦੇ ਵੱਲੋਂ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਗਈਆਂ ਨੇ। ਉਹਨਾਂ ਦੀ ਇੱਕ ਮੀਟਿੰਗ ਨੂਰ ਮਹਿਲ ਵਿੱਚ ਹੋਈ ਹੈ ਤੇ ਕੁਝ ਮੀਟਿੰਗਾਂ ਹੋਰ ਵੱਖ ਵੱਖ ਥਾਵਾਂ ਦੇ ਉੱਤੇ। ਉਹਨਾਂ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਇਹ ਗੱਲ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਲਈ ਸਾਡੇ ਵੱਲੋਂ ਪੂਰਾ ਤਾਣ ਲਾਇਆ ਜਾ ਰਿਹਾ। ਉਹਨਾਂ ਨੇ ਕਿਹਾ ਜੀ ਕਿ ਗੱਲ ਸਿਰਫ਼ ਵਿਚਾਰਧਾਰਾ ਦੀ ਹੈ, ਲੰਘੇ ਵੇਲੇ ਵਿੱਚ ਜੋ ਜੋ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦੇ ਉੱਤੇ ਪਛਤਾਤਾਪ ਕਰਨਾ ਅਸੀਂ ਆਪਣਾ ਫਰਜ਼ ਸਮਝਿਆ ਤੇ ਹੁਣ ਦੂਜੀ ਧਿਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਆਪਣੀ ਹਰ ਗਲਤੀ ਦੇ ਉੱਤੇ ਪਛਤਾਤਾਪ ਕਰਨ। ਇੱਥੇ ਵੀ ਦੱਸਣਾ ਬਣਦਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਹਿੱਸੇ ਬਣੇ ਪਏ ਨੇ,
ਸੁਖਬੀਰ ਸਿੰਘ ਬਾਦਲ ਦੇ ਪ੍ਰਸ਼ੰਸਕ ਜਾਂ ਸ਼ੁਭ ਚਿੰਤਕ ਹਮਾਇਤੀ ਇਹ ਗੱਲ ਕਹਿੰਦੇ ਨੇ ਕਿ ਉਹ ਹੀ ਅਕਾਲੀ ਦਲ ਦੇ ਅਸਲ ਵਾਰਸ ਨੇ ਤੇ ਪ੍ਰਧਾਨ ਨੇ, ਜਦਕਿ ਬਗਾਵਤ ਕਰਨ ਵਾਲੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਚਰਨਜੀਤ ਸਿੰਘ ਬਰਾੜ ਤੇ ਕਈ ਹੋਰਾਂ ਦਾ ਇਹ ਕਹਿਣਾ ਕਿ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ, ਅਕਾਲੀ ਦਲ ਬਚਾਉਣ ਦੇ ਲਈ ਸਾਨੂੰ ਮੂਹਰੇ ਆਉਣਾ ਪਿਆ। ਹੁਣ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਚਾਓ ਯਾਤਰਾ ਜਾਂ ਕਹਿ ਦਈਏ ਲਹਿਰ ਜਿਹੜੀ ਸ਼ੁਰੂ ਕੀਤੀ ਗਈ ਹੈ, ਇਹ ਲਹਿਰ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਸੱਚੀ ਬਚਾਉਂਦੀ ਹੈ ਜਾਂ ਫਿਰ ਖਿੱਲੀ ਉਡਾਉਣ ਦੇ ਵਿੱਚ ਯੋਗਦਾਨ ਪਾਏਗੀ, ਇਹ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਆਪਣਾ ਇੱਕ ਬੰਦ ਲਿਫਾਫਾ ਜਿਹਦੇ ਵਿੱਚ ਮਾਫ਼ੀਨਾਮਾ ਹੈ ਜਾਂ ਕੁਝ ਹੋਰ ਸੌਂਪਿਆ ਗਿਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਉਸ ਲਿਫਾਫੇ ਨੂੰ ਖੋਲ੍ਹ ਕੇ ਜਨਤਕ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਸ ਲਿਫਾਫੇ ਦੇ ਵਿੱਚ ਕੀ ਬਣਦਾ, ਇਸ ਲਿਫਾਫੇ ਦੇ ਵਿੱਚ ਕੀ ਗੱਲ ਪੇਸ਼ ਕੀਤੀ ਗਈ ਹੈ, ਕੀ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਮਾਫ਼ੀ ਮੰਗੀ ਗਈ ਹੈ ਜਾਂ ਸਿਰਫ਼ ਇੱਕ ਡਰਾਮੇਬਾਜ਼ੀ ਕੀਤੀ ਗਈ ਹੈ। ਹਾਲਾਂਕਿ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਲਿਫਾਫੇ ਵਿੱਚ ਬੰਦ ਪੱਤਰ ਦੇ ਵਿੱਚ ਨਾ ਤਾਂ ਕਿਤੇ ਬੇਅਦਬੀ ਦੇ ਮਾਮਲੇ ਤੇ ਮਾਫ਼ੀ ਮੰਗੀ ਗਈ ਹੈ, ਨਾ ਡੇਰਾ ਮੁਖੀ ਨੂੰ ਮਾਫ਼ੀ ਦੇ ਮਾਮਲੇ ਤੇ ਕੁਝ ਕੀਤਾ ਗਿਆ, ਨਾ ਹੀ 80-90 ਲੱਖ ਰੁਪਏ ਦੀ ਜੋ ਕਥਿਤ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਡੇਰਾ ਮੁਖੀ ਦੀ ਮਾਫ਼ੀ ਦੇ ਮਾਮਲੇ ਤੇ ਇਸ਼ਤਿਹਾਰ ਦਿੱਤੇ ਗਏ ਸਨ, ਉਸ ਮਾਮਲੇ ਤੇ ਕੁਝ ਕੀਤਾ ਗਿਆ। ਸੋ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਚ ਕੀ ਮੋੜ ਆਉਂਦਾ। ਪਰ ਲਗਾਤਾਰ ਇਸ ਮਾਮਲੇ ਦੇ ਉੱਤੇ ਚਰਚਾ ਚੱਲ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਗਿਆ ਬੰਦ ਲਿਫਾਫਾ ਇਹਦੇ ਵਿੱਚ ਕੀ ਹੋਵੇਗਾ ਤੇ ਕਦੋਂ ਇਸ ਲਿਫਾਫੇ ਨੂੰ ਖੋਲ੍ਹ ਕੇ ਜਨਤਕ ਕੀਤਾ ਜਾਵੇਗਾ, ਤੇ ਜੇਕਰ ਜਨਤਕ ਕੀਤਾ ਗਿਆ ਤਾਂ ਕੀ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ ਬਹਾਲ ਹੋ ਸਕੇਗਾ, ਜਾਂ ਫਿਰ ਇਹ ਸਵਾਲਾਂ ਦਾ ਸਵਾਲ ਇਵੇਂ ਹੀ ਬਰਕਰਾਰ ਰਹੇਗਾ, ਜਾਂ ਫਿਰ ਇਹ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਮੂਹਰੇ ਚੁਣੌਤੀਆਂ ਦਾ ਪਹਾੜ ਜਿਉਂ ਦਾ ਤਿਉਂ ਖੜਾ ਰਹੇਗਾ। ਇਹ ਹੁਣ ਆਉਣ ਵਾਲੇ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਉਸ ਤੋਂ ਅਗਲੀ ਜਾਣਕਾਰੀ ਇਹ ਹੈ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਇਸ ਵੇਲੇ ਕੇਂਦਰ ਦੇ ਰਾਜ ਮੰਤਰੀ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਜੀ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕਦਾ ਤੇ ਕਿਸਾਨਾਂ ਦੀ ਕਿਸੇ ਵੀ ਮੁਸ਼ਕਲ ਦਾ ਹੱਲ ਕਰਨ ਦੇ ਲਈ ਕਿਸਾਨ ਜੇਕਰ ਉਹ ਚਾਹੁੰਦੇ ਨੇ ਤਾਂ ਕੇਂਦਰ ਦੇ ਮੰਤਰੀਆਂ ਨਾਲ ਗੱਲਬਾਤ ਕਰ ਸਕਦੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਕਿਸੇ ਦੇ ਭੁਚਲਾਵੇ ਵਿੱਚ ਨਾ ਆਉਣ, ਕੇਂਦਰ ਦੀ ਸਰਕਾਰ ਤੁਹਾਡੀ ਹਰ ਮੰਗ ਦੇ ਲਈ ਵਚਨਬੱਧ ਹੈ। ਪਰ ਰਵਨੀਤ ਸਿੰਘ ਬਿੱਟੂ ਨੇ ਇਹ ਗੱਲ ਉਦੋਂ ਕਹੀ ਹੈ ਜਦੋਂ ਕਿਸਾਨਾਂ ਵੱਲੋਂ  15 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ ਗਿਆ। 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ, ਭਾਵੇਂ ਕੇਂਦਰ ਦੀ ਗੱਲ ਕਰੀਏ ਭਾਵੇਂ ਸੂਬਾਈ ਸਰਕਾਰਾਂ ਦੀ ਗੱਲ ਕਰੀਏ, ਹਰ ਥਾਂ ਦੇ ਉੱਤੇ ਤਿਰੰਗੇ ਝੰਡੇ ਵੱਖ ਵੱਖ ਮੰਤਰੀ ਸਾਹਿਬਾਨ ਦੇ ਵੱਲੋਂ ਲਹਿਰਾਏ ਜਾਂਦੇ ਆ। ਉਸ ਵੇਲੇ ਦੇ ਵਿੱਚ ਜਦੋਂ ਬੀਜੇਪੀ ਦੇ ਵੱਲੋਂ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਲਾਲ ਕਿਲੇ ਦੇ ਉੱਤੇ ਇੱਕ ਵਾਰ ਫਿਰ ਤਿਰੰਗਾ ਲਹਿਰਾ ਕੇ ਇਹ ਗੱਲ ਕਹੀ ਜਾਏਗੀ ਕਿ ਅਸੀਂ ਦੇਸ਼ ਦੇ ਵਿੱਚ ਆਜ਼ਾਦੀ ਅਸਲ ਅਰਥਾਂ ਵਿੱਚ ਲੈ ਕੇ ਆਏ ਹਾਂ, ਅਸੀਂ ਤਰੱਕੀ, ਬਰਾਬਰਤਾ, ਸਨਮਾਨਤਾ ਬਰਾਬਰ ਦੀ ਲੈ ਕੇ ਆਏ ਹਾਂ, ਉਸ ਵੇਲੇ ਦੇ ਵਿੱਚ ਜ਼ਰੂਰਤ ਹੈ ਜੋ ਉਹ ਇਸ ਜ਼ਰੂਰਤ ਨੂੰ ਮੁੱਖ ਰੱਖਦੇ ਆ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਤੇ ਕੁਝ ਹੋਰ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਬੀਜੇਪੀ ਦਾ ਅਸਲ ਚਿਹਰਾ ਦਿਖਾਵਾਂਗੇ ਤੇ 15 ਅਗਸਤ ਨੂੰ ਬੀਜੇਪੀ ਦੇ ਪੁਤਲੇ ਪੰਜਾਬ ਭਰ ਦੇ ਵਿੱਚ ਫੂਕੇ ਜਾਣਗੇ। ਉਸੇ ਦਰਮਿਆਨ ਰਵਨੀਤ ਬਿੱਟੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਕਿਸਾਨਾਂ ਦੇ ਹਰ ਮਸਲੇ ਨੂੰ ਹੱਲ ਕਰਨ ਵਾਸਤੇ ਵਚਨਬੱਧ ਹਾਂ। ਪਰ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਜੇਕਰ ਤੁਸੀਂ ਵਚਨਬੱਧ ਹੋ ਤਾਂ ਫਿਰ ਕਿਉਂ ਨਹੀਂ ਤੁਸੀਂ ਇਹ ਕਰਦੇ ਕਿ ਛੇਤੀ ਤੋਂ ਛੇਤੀ ਸਾਡਾ ਮਸਲਾ ਹੱਲ ਕਰਵਾਓ। ਜਦੋਂ ਅਸੀਂ ਪਿਛਲੇ 5.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਬਾਰਡਰਾਂ ਦੇ ਉੱਤੇ ਬੈਠੇ ਹਾਂ, ਸ਼ੰਭੂ ਤੇ ਖਨੌਰੀ ਬਾਰਡਰ ਤੇ, ਤਾਂ ਕੀ ਕੇਂਦਰ ਦੇ ਮੰਤਰੀਆਂ ਨੂੰ ਇਹਨਾਂ ਬਾਰਡਰਾਂ ਦਾ ਰਾਹ ਨਹੀਂ ਪਤਾ ਜਾਂ ਕੀ ਸਾਨੂੰ ਦਿੱਲੀ ਦਾ ਰਾਹ ਨਹੀਂ ਪਤਾ? ਤੇ ਜਦੋਂ ਅਸੀਂ ਦਿੱਲੀ ਦੇ ਵਿੱਚ ਆ ਰਹੇ ਹਾਂ ਤੇ ਆਉਣਾ ਚਾਹੁੰਦੇ ਹਾਂ ਤੇ ਮੰਗਾਂ ਦੀ ਗੱਲ ਕਰਨੀ ਚਾਹੁੰਦੇ ਹਾਂ ਤੇ ਫਿਰ ਕੇਂਦਰ ਦੇ ਮੰਤਰੀ ਗੱਲਾਂ ਬਾਤਾਂ ਕਰਦੇ ਕਿਉਂ ਨਹੀਂ? ਤੇ ਹਮੇਸ਼ਾ
ਗੱਲਾਂ ਦੇ ਨਾਲ ਹੀ ਕਿਉਂ ਸਾਰ ਦਿੱਤਾ ਜਾਂਦਾ। ਸੋ ਵੇਹਨੇ ਕਿ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜੀ ਕਿਹੜੀ ਜਾਣਕਾਰੀ ਸਾਹਮਣੇ ਆਉਂਦੀ ਆ। ਉਸ ਤੋਂ ਅਗਲੀ ਜਾਣਕਾਰੀ ਮਹੱਤਵਪੂਰਨ ਇਹ ਆ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਵੱਲੋਂ ਸਮੇਂ ਸਮੇਂ ਦੇ ਉੱਤੇ ਕਈ ਧੀਆਂ ਧਿਆਣੀਆਂ ਨੂੰ ਵਾਪਸ ਲਿਆਂਦਾ ਗਿਆ। ਹੁਣ ਇਸੇ ਲੜੀ ਤਹਿਤ ਮਸਕਟ ਸ਼ਹਿਰ ਤੋਂ, ਮਸਕਟ ਦੇ ਵਿੱਚੋਂ ਇੱਕ ਕੁੜੀ ਜਿਸ ਨੂੰ ਕਿ ਉਸਦੇ ਇੱਕ ਰਿਸ਼ਤੇਦਾਰ ਨੇ 1000 ਰਿਆਲ ਦੇ ਵਿੱਚ ਵੇਚ ਦਿੱਤਾ ਸੀ, ਕੁੜੀ ਉੱਥੇ ਕਾਫੀ ਲੰਮੇ ਸਮੇਂ ਤੋਂ ਪਰੇਸ਼ਾਨ ਰਹੀ। ਉਸ ਕੁੜੀ ਨੂੰ ਉਹਦੇ ਪਰਿਵਾਰਕ ਮੈਂਬਰ ਮਿਲਣਾ ਚਾਹੁੰਦੇ ਸੀ, ਪਰ ਕੁੜੀ ਨੂੰ ਕਹਿੰਦੇ ਨੇ ਕਿ ਉੱਥੇ ਏਜੰਟਾਂ ਦੇ ਹੱਥ ਵੇਚ ਦਿੱਤਾ ਗਿਆ ਤੇ ਕੁੜੀ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ, ਕੁੜੀ ਦੇ ਨਾਲ ਅਨੈਤਿਕ ਵਿਹਾਰ ਹੁੰਦਾ ਰਿਹਾ। ਤੇ ਹੁਣ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਕੁੜੀ ਜਦੋਂ ਪਰੇਸ਼ਾਨੀ ਦੀ ਸਿਖਰ ਦੇ ਵਿੱਚ ਪਹੁੰਚੀ ਤਾਂ ਕਿਸੇ ਰਾਹੀਂ ਸੰਤ ਬਲਵੀਰ ਸਿੰਘ ਸੀਚੇਵਾਲ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਨਾਲ ਸੰਪਰਕ ਕੀਤਾ ਤੇ ਹੁਣ ਉਹ ਕੁੜੀ ਭਾਰਤ ਵਾਪਸ ਆ ਚੁੱਕੀ ਹੈ। ਉਹਦੇ ਵੱਲੋਂ ਬਲਵੀਰ ਸਿੰਘ ਸੀਚੇਵਾਲ ਦਾ ਸ਼ੁਕਰੀਆ ਅਦਾ ਕੀਤਾ ਗਿਆ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਇਹ ਸਭ ਕੁਝ ਸੰਭਵ ਹੋਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬਾਕੀ ਕੁੜੀਆਂ ਚਿੜੀਆਂ ਮੁੰਡੇ ਜਿਹੜੇ ਵੀ ਵਿਦੇਸ਼ ਵੱਲ ਜਾਣਾ ਚਾਹੁੰਦੇ ਨੇ, ਉਹਨਾਂ ਦੇ ਵੱਲੋਂ ਸੋਚ ਸਮਝ ਕੇ ਪੈਰ ਪੱਟਿਆ ਜਾਵੇ, ਨਾ ਕਿ ਆਪਣੀ ਮਰਜ਼ੀ ਮੁਤਾਬਕ ਤੇ ਸਿਰਫ ਦੂਜੇ ਦੇ ਵੱਲੋਂ ਗੁੰਮਰਾਹਕੁਨ ਸੁਪਨੇ ਨੇ ਜਿਹੜੇ, ਤੇ ਉਹਨਾਂ ਨੂੰ ਮੁੱਖ ਰੱਖ ਕੇ ਕੁਝ ਕੀਤਾ ਜਾਵੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜ਼ਰੂਰਤ ਹੈ ਇਸ ਵਕਤ ਇਸ ਗੱਲ ਦੀ ਕਿ ਆਪਾਂ ਆਪਣੀ ਪੱਤ ਨੂੰ, ਆਪਣੀ ਆਬਰੂ ਨੂੰ ਵੀ ਬਚਾਈਏ। ਇਸ ਤੋਂ ਇਲਾਵਾ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ, ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਦੇ ਕੋਲੋਂ ਪੰਜਾਬ ਪੱਖੀ ਯੋਜਨਾਵਾਂ ਲਿਆਉਣ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਸੂਬਿਆਂ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਪੰਜਾਬ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਦਰਕਿਨਾਰ ਕਰ ਚੁੱਕੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜ਼ਰੂਰਤ ਇਸ ਵਕਤ ਇਸ ਗੱਲ ਦੀ ਹੈ ਕਿ ਆਪਾਂ ਪੰਜਾਬ ਦੇ ਪ੍ਰਤੀ ਫਿਕਰਮੰਦ ਰਹੀਏ ਤੇ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਦੇ ਟੇਟੇ ਚੜ੍ਹਨ ਦੀ ਥਾਂ ਦੇ ਉੱਤੇ ਅਸਲ ਅਰਥਾਂ ਦੇ ਵਿੱਚ ਪੰਜਾਬ ਦੇ ਸਹੀ ਮੁੱਖ ਮੰਤਰੀ ਸਾਬਤ ਹੋਣ, ਨਾ ਕਿ ਗੱਲਾਂ ਬਾਤਾਂ ਦੇ ਨਾਲ ਆਪਣਾ ਖੜਾ ਬਣਾਉਣ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ 4 ਸੀਟਾਂ ਜਿਹੜੀਆਂ ਕਿ ਇਸ ਵੇਲੇ ਖਾਲੀ ਹੋਈਆਂ ਨੇ, ਉਹਨਾਂ ਦੇ ਉੱਤੇ ਚੋਣ ਲੜਨ ਦਾ ਚਾਅ ਹੁਣੇ ਤੋਂ ਪਗਾਉਣਾ ਸ਼ੁਰੂ ਕਰ ਦਿੱਤਾ ਗਿਆ। ਲੰਘੇ ਕੱਲ ਇੱਥੇ ਪਤਾ ਲੱਗਾ ਕਿ ਗਿੱਦੜਬਾਹਾ ਦੀ ਸੀਟ ਨੂੰ ਮੁੱਖ ਰੱਖ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਨੇ। ਕਈ ਹੋਰਨਾਂ ਥਾਵਾਂ ਦੇ ਉੱਤੇ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਮੀਟਿੰਗਾਂ ਕਰਕੇ ਨਵੀਆਂ ਸੀਟਾਂ ਜਿੱਤਣੀਆਂ ਨੇ ਜਾਂ ਫਿਰ ਜਿਹੜੀਆਂ ਵਰਤਮਾਨ ਜਿੱਤੀਆਂ ਹੋਈਆਂ ਸੀਟਾਂ ਦੇ ਕਰਕੇ ਸਰਕਾਰ ਬਣੀ ਆ, ਇਹਦੇ ਕਰਕੇ ਲੋਕਾਂ ਦੀ ਕਸਵੱਟੀ ਦੇ ਉੱਤੇ ਖਰਾ ਉਤਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਨੀ ਹੈ। ਸੋ ਸਮਾਂ ਦੱਸੇਗਾ ਇਸ ਮਾਮਲੇ ਦੇ ਵਿੱਚ ਕੀ ਬਣਦਾ, ਪਰ ਪੰਜਾਬ ਦੇ ਲੋਕ ਇਸ ਵੇਲੇ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਨੇ। ਉਹ ਸੋਚ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਸਵੱਟੀ ਦੇ ਉੱਤੇ ਕਿੰਨਾ ਕੁ ਖਰਾ ਉਤਰਦੀ ਹੈ ਤੇ ਜੇਕਰ ਉਤਰਦੀ ਹੈ ਤਾਂ ਫਿਰ ਲੋਕ ਇਹਨਾਂ ਨੂੰ ਭਵਿੱਖ ਦੇ ਵਿੱਚ ਕਿੰਨੀ ਕੁ ਮੁਹੱਬਤ ਦੇਣਗੇ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਵਿੱਚ ਬਸਪਾ ਤੇ ਕਮਿਊਨਿਸਟ ਪਾਰਟੀਆਂ ਦੀ ਹਾਲਤ ਤਕਰੀਬਨ ਇੱਕੋ ਜਿਹੀ ਬਣੀ ਪਈ ਹੈ। ਪੰਜਾਬ ਦੇ ਵਿੱਚ ਬਸਪਾ ਦਾ ਵੋਟ ਬੈਂਕ ਸੁੰਗੜਦਾ ਅੱਜ ਇਸ ਹਾਲਾਤ ਨੂੰ ਪਹੁੰਚ ਗਿਆ ਕਿ ਬਸਪਾ ਪੰਜਾਬ ਦੇ ਵਿੱਚ ਮੋਇਆਂ ਵਰਗੀ ਬਣਦੀ ਜਾ ਰਹੀ ਹੈ। ਬਸਪਾ ਦੇ ਵੱਖ ਵੱਖ ਥਾਵਾਂ ਤੇ ਉਮੀਦਵਾਰ ਖੜੇ ਹੁੰਦੇ ਨੇ ਪਰ ਜ਼ਮਾਨਤਾਂ ਬਚਾਉਣ ਦੇ ਵਿੱਚ ਅਸਫਲ ਸਾਬਤ ਹੁੰਦੇ ਨੇ ਤੇ ਇਸੇ ਹਾਲਾਤ ਦੇ ਨਾਲ ਹੀ ਯੂਪੀ ਦੇ ਵਿੱਚ ਸਭ ਕੁਝ ਨਜ਼ਰ ਆ ਰਿਹਾ। ਯੂਪੀ ਤੋਂ ਸ਼ੁਰੂ ਹੋਈ ਬਸਪਾ, ਜਿੱਥੇ ਕਿ ਯੂਪੀ ਦੇ ਵਿੱਚ ਹੈੱਡਕੁਆਟਰ ਹੈ, ਉਸ ਥਾਂ ਦੇ ਉੱਤੇ ਵੀ ਬਸਪਾ ਦਾ ਇੰਨਾ ਮੰਦਲਾ ਹਾਲ ਹੈ ਤੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਇੰਨਾ ਮੰਦਲਾ ਹਾਲ ਤੇ ਹੁਣ ਇਹ ਧਾਰਨਾ ਬਣ ਚੁੱਕੀ ਹੈ ਕਿ ਬਸਪਾ ਆਪ ਜਿੱਤਣ ਦੇ ਸਮਰੱਥ ਨਹੀਂ ਪਰ 5-10-15-20,000 ਵੋਟ ਤੋੜ ਕੇ ਕਿਸੇ ਨੂੰ ਹਰਾਉਣ ਤੇ ਜਿਤਾਉਣ ਵਿੱਚ ਯੋਗਦਾਨ ਜ਼ਰੂਰ ਪਾ ਸਕਦੀ ਹੈ। ਸੋ ਕੀ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਵੇਗਾ? ਜੇ ਗੱਠਜੋੜ ਹੁੰਦਾ ਤਾਂ ਕੀ ਬਣੇਗਾ? ਕੀ ਨਤੀਜਿਆਂ ਦੇ ਵਿੱਚ ਕੋਈ ਤਬਦੀਲੀ ਆਵੇਗੀ? ਇਹ ਸਵਾਲਾਂ ਦਾ ਸਵਾਲ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਬਸਪਾ
ਉਮੀਦਵਾਰ ਬਿੰਦਰ ਲਾਖਾ ਦਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਲੰਧਰ ਦੀ ਪੱਛਮੀ ਜ਼ਿਮਨੀ ਚੋਣ ਦੇ ਵਿੱਚ ਕੀਤਾ ਗਿਆ, ਪਰ ਦੋਵਾਂ ਪਾਰਟੀਆਂ ਦੀ ਅਸਲ ਹਕੀਕਤ ਸਾਹਮਣੇ ਆ ਗਈ ਕਿਉਂਕਿ ਬਸਪਾ ਦੇ ਉਮੀਦਵਾਰ ਦਾ ਵੱਟਿਆ ਕੁਝ ਨਹੀਂ ਗਿਆ ਤੇ ਅਕਾਲੀ ਦਲ ਦੇ ਸਮਰਥਨ ਦੇ ਬਾਵਜੂਦ ਬਹੁਤ ਬੁਰੇ ਤਰੀਕੇ ਨਾਲ ਹਾਰਿਆ ਤੇ 2000 ਵੋਟ ਵੀ ਨਾ ਪੈਣਾ ਇਸ ਜ਼ਿਮਨੀ ਚੋਣ ਦੇ ਵਿੱਚ। ਦੱਸਣ ਦੇ ਲਈ ਇਹ ਗੱਲ ਕਾਫੀ ਹੈ ਕਿ ਬਸਪਾ ਤੇ ਅਕਾਲੀ ਦਲ ਜੇਕਰ ਮਿਲ ਵੀ ਜਾਂਦੇ ਨੇ ਤਾਂ ਇਹ ਕਿਹੜੀ ਸਥਿਤੀ ਨੂੰ ਪਹੁੰਚਦੇ ਨੇ ਤੇ ਕੀ ਇੱਥੇ ਹਾਲਾਤ ਬਣ ਸਕਦੇ ਨੇ। ਅਗਲੀ ਗੱਲ ਜੇਕਰ ਅਸੀਂ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਆ ਜਿਹੜਾ ਉਹ ਲਗਾਤਾਰ ਮੀਂਹ ਕਣੀ ਵਾਲਾ, ਕਈ ਥਾਵਾਂ ਤੇ ਮੀਂਹ ਭਰਮਾ ਪੈ ਗਿਆ, ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਤਿਆਰੀ ਹੈ, ਕਈ ਥਾਵਾਂ ਤੇ ਬੰਨ ਟੁੱਟ ਰਹੇ ਨੇ, ਕਈ ਥਾਵਾਂ ਦੇ ਉੱਤੇ ਕਈ ਕੁਝ ਹੋਰ ਹੋਣਾ ਬਾਕੀ ਹੈ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲਣ ਦੀ ਸੰਭਾਵਨਾ, ਜਿਹੜੀਆਂ ਥਾਵਾਂ ਤੇ ਮੀਂਹ ਨਹੀਂ ਪਿਆ ਹੋ ਸਕਦਾ ਉਹਨਾਂ ਥਾਵਾਂ ਦੇ ਉੱਤੇ ਜ਼ਬਰਦਸਤ ਮੀਂਹ ਪੈ ਜਾਵੇ ਤੇ ਜੇਕਰ ਉਹ ਮੀਂਹ ਪੈਂਦਾ ਤਾਂ ਫਿਰ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵੱਖ ਵੱਖ ਹਿੱਸੇ ਜਿਹੜੇ ਕਿ ਵੱਖ ਵੱਖ ਬੰਨਾਂ ਦੇ ਕਿਨਾਰੇ ਦੇ ਉੱਤੇ ਨੇ, ਭਾਵੇਂ ਖੇਤੀਬਾੜੀ ਵਾਲੀ ਜ਼ਮੀਨ ਅਤੇ ਭਾਵੇਂ ਰਿਹਾਇਸ਼ੀ ਖੇਤਰ ਹੈ, ਉਹਨਾਂ ਦਾ ਕੀ ਬਣੇਗਾ ਸਵਾਲਾਂ ਦਾ ਸਵਾਲ ਇਹ ਆ। ਅਗਲੀ ਜਾਣਕਾਰੀ ਹੈ ਜੀ ਕਿ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਮਾਮਲੇ ਦੇ ਵਿੱਚ ਲੰਘੇ ਕੱਲ੍ਹ ਹਾਈ ਕੋਰਟ ਚ ਸੁਣਵਾਈ ਹੋਈ ਹੈ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਆਪਣੇ ਵਕੀਲਾਂ ਦੇ ਰਾਹੀਂ ਪਟੀਸ਼ਨ ਪਾਈ ਗਈ ਸੀ ਕਿ ਮੇਰੀ NSA ਨੂੰ ਰੱਦ ਕੀਤਾ ਜਾਵੇ, ਪਰ ਅੰਮ੍ਰਿਤਪਾਲ ਸਿੰਘ ਦੀ NSA ਦੇ ਮਾਮਲੇ ਦੇ ਉੱਤੇ ਕੁਝ ਡਾਕੂਮੈਂਟ ਦੀ ਘਾਟ ਹੋਣ ਕਰਕੇ ਤੇ 31 ਤਰੀਕ ਦੇ ਉੱਤੇ ਸੁਣਵਾਈ ਪਾ ਦਿੱਤੀ ਗਈ ਹੈ। ਹੁਣ 31 ਤਰੀਕ ਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਅੰਮ੍ਰਿਤਪਾਲ ਸਿੰਘ ਦੀ NSA ਦੇ ਮਾਮਲੇ ਦੇ ਉੱਤੇ ਮਾਣਯੋਗ ਅਦਾਲਤ ਕੀ ਫੈਸਲਾ ਲੈਂਦੀ ਹੈ। ਇਹ ਉਹ ਵੇਲਾ ਜਦੋਂ ਕਿ ਪਾਰਲੀਮੈਂਟ ਦਾ ਲੋਕ ਸਭਾ ਸੈਸ਼ਨ ਚੱਲ ਰਿਹਾ, ਮੌਨਸੂਨ ਸੈਸ਼ਨ, ਤੇ ਇਸ ਸੈਸ਼ਨ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰੀ ਹਿੱਸਾ ਲੈਣ ਦੇ ਚਾਹਵਾਨ ਸਨ, ਪਰ ਓਮ ਬਿਰਲਾ ਜਿਹੜੇ ਕਿ ਲੋਕ ਸਭਾ ਦੇ ਸਪੀਕਰ ਨੇ, ਜਿਨ੍ਹਾਂ ਨੂੰ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਚਿੱਠੀ ਲਿਖੀ ਸੀ ਕਿ ਮੈਂ ਸੈਸ਼ਨ ਚ ਹਿੱਸਾ ਲੈਣਾ ਚਾਹੁੰਦਾ, ਉਹਨਾਂ ਦੇ ਵੱਲੋਂ ਕੋਈ ਉੱਤਰ ਨਹੀਂ ਦਿੱਤਾ ਗਿਆ। ਇਸ ਕਰਕੇ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੀ ਨੇ ਤੇ ਪਾਰਲੀਮੈਂਟ ਦਾ ਸੈਸ਼ਨ ਇਸ ਵੇਲੇ ਚੱਲ ਰਿਹਾ ਹੈ। ਤੇ ਇਸ ਤੋਂ ਇਲਾਵਾ ਲੰਘੇ ਕੱਲ ਰਾਹੁਲ ਗਾਂਧੀ ਦੇ ਵੱਲੋਂ ਲਗਭਗ 45-46 ਮਿੰਟ ਪਾਰਲੀਮੈਂਟ ਦੇ ਵਿੱਚ ਬੋਲ ਕੇ ਤੇ ਆਪਣੇ ਮਨ ਦੇ ਵਲਵਲੇ ਪੇਸ਼ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਇੱਕ ਵੇਲਾ ਸੀ ਸਦੀਆਂ ਪਹਿਲਾਂ ਜਦੋਂ ਕਿ ਅਭਿਮਨਿਊ ਨੂੰ ਚੱਕਰਵਿਊਹ ਦੇ ਵਿੱਚ ਚਲਾਕੀ ਨਾਲ ਫਸਾਇਆ ਗਿਆ ਸੀ ਤੇ ਅੱਜ ਭਾਰਤ ਦੀ ਸਰਕਾਰ ਦੇ ਵੱਲੋਂ ਦੇਸ਼ ਦੇ ਲੋਕਾਂ ਨੂੰ ਅਜੀਬ ਕਿਸਮ ਦੇ ਚੱਕਰਵਿਊਹ ਦੇ ਵਿੱਚ ਫਸਾਇਆ ਗਿਆ। ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਵੀ 6 ਜਣੇ ਸਿਰਫ ਚੱਕਰਵਿਊਹ ਬਣਾਉਣ ਵਿੱਚ ਨੇ, ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੋਹਨ ਭਾਗਵਤ ਬੀਜੇਪੀ RSS ਦੇ ਪ੍ਰਧਾਨ ਮੁਖੀ ਤੇ ਅਮਿਤ ਸ਼ਾਹ, ਅਜੀਤ ਡੋਭਾਲ, ਅੰਬਾਨੀ ਤੇ ਅਡਾਨੀ, ਇਹਨਾਂ 6 ਲੋਕਾਂ ਦੇ ਵੱਲੋਂ ਚੱਕਰਵਿਊਹ ਬਣਿਆ ਜਾਂਦਾ ਹੈ ਤੇ ਇਹਦੇ ਵਿੱਚ ਭਾਰਤ ਦੇ ਲੋਕਾਂ ਨੂੰ ਫਸਾ ਦਿੱਤਾ ਗਿਆ। ਉਹਨਾਂ ਨੇ ਕਿਸਾਨ ਤੇ ਜਵਾਨ ਦੀ ਗੱਲ ਵੀ ਕੀਤੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਨਾ ਜਵਾਨੀ ਬਾਰੇ ਨਾ ਕਿਸਾਨੀ ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ, ਜਿਹਦੇ ਕਰਕੇ ਮੁਸ਼ਕਲਾਂ ਦਾ ਪਹਾੜ ਕਿਸਾਨ ਦੇ ਸਿਰ ਦੇ ਉੱਤੇ ਟਿਕਿਆ ਹੋਇਆ, ਜਿਹਦੇ ਕਰਕੇ ਜਵਾਨੀ ਇਸ ਵੇਲੇ ਸੁੱਕੇ ਪੱਤੇ ਵਾਂਗੂ ਕੰਮ ਰਹੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਆਪਣੇ ਬਿਆਨਾਂ ਦੇ ਨਾਲ ਲੰਮੇ ਸਮੇਂ ਤੋਂ ਬੀਜੇਪੀ ਨੂੰ ਘੇਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਖਾਸ ਕਰਕੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੋ ਪ੍ਰਚਾਰ ਦੀ ਮੁਹਿੰਮ ਚੱਲੀ ਸੀ ਉਹਦੇ ਵਿੱਚ ਵੀ ਲਗਾਤਾਰ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਘੇਰਾ ਪਾਇਆ ਜਾਂਦਾ ਸ਼ਬਦ ਕਤੌਰ ਦੇ ਉੱਤੇ। ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦਾ ਉਭਾਰ ਕਿੰਨਾ ਕੁ ਹੁੰਦਾ, ਪਰ ਲਗਾਤਾਰ ਕਾਂਗਰਸ ਦੇ ਵੱਲੋਂ ਬੀਜੇਪੀ ਨੂੰ ਘੇਰਾ ਪਾਉਣਾ, ਲਗਾਤਾਰ ਬੀਜੇਪੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਨਾ ਤੇ ਬੀਜੇਪੀ ਦੇ ਵੱਲੋਂ ਸਹਿਯੋਗੀ ਪਾਰਟੀਆਂ ਦੇ ਸਹਿਯੋਗ ਕਰਕੇ ਸਰਕਾਰ ਬਣਾਉਣ ਤੋਂ ਬਾਅਦ ਅਗਨੀਵੀਰ ਯੋਜਨਾ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਲੈ ਕੇ ਆਉਣਾ, ਇਸ ਗੱਲ ਦਾ ਸੂਚਕ ਹੈ ਕਿ ਬੀਜੇਪੀ ਦੀ ਇਕੱਲੇ ਤੌਰ ਦੇ ਉੱਤੇ ਸਰਕਾਰ ਨਾ ਬਣਨ ਕਰਕੇ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਮੂਹਰੇ ਦੁਸ਼ਵਾਰੀਆਂ ਦਾ ਪਹਾੜ ਵੀ ਖੜਾ ਹੋ ਸਕਦਾ ਹੈ। ਆਉਂਦੇ ਸਮੇਂ ਦੇ ਵਿੱਚ ਉਹਨਾਂ ਨੂੰ ਮਨ ਆਈਆਂ ਕਰਨ ਦਾ ਮੌਕਾ ਘੱਟ ਮਿਲੇਗਾ। ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਆਉਂਦੇ ਨੇ, ਪਰ
ਦੇਸ਼ ਦੇ ਲੋਕ ਇਸ ਵੇਲੇ ਇਸ ਗੱਲ ਦੇ ਵੱਲ ਨਿਗਾਹ ਟਿਕਾ ਕੇ ਬੈਠੇ ਨੇ ਕਿ ਕੀ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਆਪਣੇ ਸਹਿਯੋਗੀਆਂ ਦੇ ਸਦਕਾ, ਆੜੀਆਂ ਦੇ ਸਦਕਾ ਜੋ ਸਰਕਾਰ ਬਣਾਉਣ ਚ ਕਾਮਯਾਬ ਹੋਈ ਹੈ, ਇਹ ਲਗਾਤਾਰ 5 ਸਾਲ ਕੱਢਦੀ ਹੈ ਜਾਂ ਫਿਰ ਨਹੀਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ।